ਜੀ ਜਾ ਮੈਂ ਰਹੇ ਰਹੀ ਹਾਂ। ਤੋਂ ਬਾਹਰ ਆ ਰਹੇ ਸੀ ਵਾਪਸ, ਹਾਂ ਤੇ ਅੱਗੇ ਯਾਰ ਦੋਸਤ ਮਿਲ ਗਏ। ਯਾਰ ਦੋਸਤ ਕਹਿੰਦੇ ਚਲੋ ਚਲੀਏ, ਤੇ ਉਹਨਾਂ ਦੇ ਨਾਲ ਮੈਂ ਆਇਆ। ਰਾਹ ਵਿੱਚ ਝੱਟ ਖੜੋਤੇ ਆ, ਖੜੇ ਰਹਿਆ, ਗੱਲਾਂ ਕਰਦੇ ਰਹਿਆ, ਤੇ ਇਹਨਾਂ 'ਚ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਵੀ ਗੱਡੀ ਹੁੰਦੀ ਹੈ। ਪਹਿਲੇ ਇੱਕ ਲੈਟ ਛੱਡੀ ਉਹ ਵੀ ਸੀ, ਜਾ ਸਕਦਾ ਉਹ ਸਾਡੇ ਪਿੰਡ ਦਾ ਪੁਲਿਸ 'ਚ ਲੱਗਾ, ਦਰਸ਼ਨ ਉਹਦਾ ਨਾਂ ਹੈ। ਕੀ ਲੱਗਾ SI ਐਸ ਆਈ, ASI ਹਾਂ। ਥਾਣੇਦਾਰ SI ਤੇ ਪਹਿਲੇ ਇੱਕ ਲੈਟ ਹੁੰਦੀ ਜਗਦੀ ਸੀ ਗੱਡੀ ਦੀ, ਤੇ ਮੈਨੂੰ ਇਸ ਚੀਜ਼ ਦਾ ਪਤਾ ਨਹੀਂ, ਕਿਉਂਕਿ ਮੇਰਾ ਕੰਨ ਖਿਆਲੀ ਕੋਈ ਨਹੀਂ। ਮੈਂ ਇੱਥੇ ਗੱਡੀ ਕਿੰਨੇ ਮਾਨੇ ਨਾਲ ਸਾਈਡ ਤੇ ਖੜੇ ਸੀ ਆਦੀ, ਤੇ ਉਹਨੇ ਜਦੋਂ ਇੱਕ ਵਿਚਾਲੇ ਮੁੰਡਾ ਖੜਾ ਸੀ ਉਹਨੂੰ ਹੱਥ ਕਰ ਤੇ ਉਹਨੇ ਰੋਕਾ ਵੀ, ਰੋਕ ਵੀ ਗਿਆ ਹੈ। ਫਿਰ ਜਦੋਂ ਉਹ ਪਾਸੇ ਹੋ ਗਿਆ, ਅਸੀਂ ਚਾਰ ਜਣੇ ਸੀ, ਫਿਰ ਵਿੱਚੋਂ ਸਾਰ ਪਜਾਤ ਨਾ ਫੁੱਲ, ਫਿਰ ਮੇਰੇ ਵਿੱਚ ਮਾਰੀ ਸੀ, ਜਾਣ ਬੁੱਝ ਕੇ ਚੜਾਈ। ਹਾਂ ਹਾਂਜੀ ਜਾਣ ਜਾਣ ਬੁੱਝ ਮੇਰੇ ਕੇ ਉੱਤੇ ਚੜਾ ਅੱਗੇ ਦਿੱਤੀ ਵੀ ਸੀ। ਕਹਿੰਦਾ ਸੀ ਇਹਨੂੰ ਮਾਰ ਮਾਰ ਦੇਣਾ ਪੁਲਿਸ ਵਾਲੇ ਨੇ, ਹਾਂ ਪੁਲਿਸ ਮੁਲਾਜ਼ਮ ਨੇ ਪੁਲਿਸ ਮੁਲਾਜ਼ਮ ਜਾਣ ਬੁੱਝ ਕੇ ਰੰਜਿਸ਼ ਕਰਕੇ ਚੜਾਈ। ਰੰਜਿਸ਼ ਸੀ ਪਹਿਲਾਂ ਉਹਦੇ ਨਾਲ, ਮਾੜਾ ਮੋਟਾ ਰੌਲਾ ਪਿਆ ਹੈ, ਗੱਡੀ ਤੋੜੀ ਉਹਨੇ, ਗੱਡੀ ਗੁੱਡੀ ਤੋੜੀ ਸੀ ਪੁਲਿਸ ਮੁਲਾਜ਼ਮ ਨੇ ਤੋੜੀ। ਹਾਂ ਉਹਨੇ ਤੋੜੀ, ਤੇ ਪੁਲਿਸ ਉਹਨਾਂ ਦੇ ਵਾਲੇ ਘਰ ਆ ਦੇ ਜੀਆਂ ਨੇ ਇਹ ਤੋੜੀ। ਸਾਡੀ ਗੱਡੀ ਸੀ ਇਹ ਡਰਾਈਵਰ ਸੀ ਉਹਦੀ ਰੰਜਿਸ਼ ਰੱਖਦਾ। ਹਾਂ ਉਹਦੀ ਰੰਜਿਸ਼ ਰੱਖ ਤੇ ਮੇਰੇ ਉੱਤੇ ਚੜਾ ਦਿੱਤੀ ਸੀ, ਗਲ ਗੁਲੇ ਵਾਧੂ ਅਸੀਂ ਪਏ ਆ। ਥੋੜੇ ਪੁਲਿਸ ਮੁਲਾਜ਼ਮ ਨੇ ਇਹੋ ਜਿਹੇ ਕਾਰਵਾਈ ਹੁੰਦੀ ਕਾਰਵਾਈ ਹੋਣੀ ਚਾਹੀਦੀ, ਮੈਨੂੰ ਸਾਫ਼ ਹੀ ਨਹੀਂ ਮਿਲਦਾ ਵਾ ਜਿੱਧਰ ਵੀ ਜਾਂਦੇ ਨੇ। ਅੱਜ ਹੋ ਗਿਆ 15-20 ਦਿਨ, ਨਾ ਤਾਂ ਮੇਰਾ ਇਲਾਜ ਹੁੰਦਾ ਵਿੱਚ ਅੱਜ ਤਰ੍ਹਾਂ, ਅੱਜ ਆਉਂਦੇ ਅੱਜ ਆਉਂਦੇ, ਕੋਈ ਨਾਂ ਨਿਸ਼ਾਨ ਜਿਹਨੂੰ ਨਾਂ ਲਈਏ ਉਹ ਆਉਂਦੇ ਨਹੀਂ ਇੱਥੇ ਲੈਣ, ਕੋਈ ਜਾਣੇ ਨਹੀਂ ਲੈਣ ਆਉਂਦੇ, ਬਿਆਨ ਲੈਣ ਨਹੀਂ ਆਉਂਦੇ। ਕੋਈ ਗੱਲ ਨਹੀਂ ਨਾ ਕਾਫੇ ਜੇ ਮੁਲਾਜ਼ਮ ਤੇ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ, ਸਾਨੂੰ ਸਾਫ਼ ਮਿਲ ਜਾਵੇ, ਨਹੀਂ ਹੋਰ ਸਾਨੂੰ ਕੋਲ ਕੀ ਕੀਤਾ ਜਾਣਾ। ਵੱਡਾ ਬੰਦਾ ਹੈ, ਵੱਡੇ ਬੰਦੇ ਦਾ ਕੀ ਮਾੜਾ ਬੰਦਾ ਕਰ ਸਕਦਾ ਨਾ। ਮੇਰਾ ਨਾਮ ਜਿੱਤਰ ਸੈਨ ਸਿੰਘ ਹੈ, ਕੀ ਗੱਲਬਾਤ ਹੈ? ਮੈਂ ਪਿੰਡ ਚੱਕ ਮਾਦੀ ਕੇ ਰਹਿਣ ਵਾਲਾ। ਇਹ ਜੋ ਲੜਕਾ ਮੇਰਾ ਗੁਰਪ੍ਰੀਤ ਸਿੰਘ ਹੈ ਜੋ ਦਾਖਲ ਹੈ ਇੱਥੇ ਆਪਣੇ ਹੋਸਪਿਟਲ ਦੇ ਵਿੱਚ ਜੋ ਸਰਕਾਰੀ ਸਿਵਲ ਹੋਸਪਿਟਲ ਹੈ, ਤੇ ਅੱਜ ਛੁੱਟੀ ਲੈ ਕੇ ਚੱਲੇ ਇੱਥੋਂ। ਅਸੀਂ ਦੁਖੀ ਹੋਏ ਪਏ, ਘੱਟ ਤੋਂ ਘੱਟ 12-13-14 ਦਿਨ ਹੋ ਗਏ ਨੇ। ਮਮਦੋੜ ਵੀ ਦਾਖਲ ਰੱਖਿਆ, ਨਾ ਤਾਂ ਉੱਥੇ ਕੋਈ ਡਾਕਟਰ ਨੇ ਇਲਾਜ ਕੀਤਾ ਨਾ ਇੱਥੇ। ਹੁਣ ਅਸੀਂ ਮੱਲੋ ਮੱਲੀ ਆਪਣੀ ਮਰਜ਼ੀ ਨਾਲ ਛੁੱਟੀ ਲੈ ਲਈ ਵੀ ਇੱਥੇ ਇਲਾਜ ਨਹੀਂ ਹੈਗਾ, ਅਤੇ ਨਾ ਹੀ ਕੋਈ ਸਾਡੀ ਸੁਣਵਾਈ, ਨਾ ਪੁਲਿਸ ਵਾਲਾ ਕੋਈ ਬਿਆਨ ਲੈਣ ਆਇਆ ਵੀ ਇਹਨੂੰ ਕੀ ਹੋਇਆ ਕੀ ਨਹੀਂ ਹੋਇਆ। ਤੁਹਾਨੂੰ ਅੱਗੇ ਦੱਸਿਆ ਹੀ ਹੋਣਾ ਗੁਰਪ੍ਰੀਤ ਨੇ, ਪਰ ਮੈਂ ਵੀ ਤੁਹਾਨੂੰ ਥੋੜ੍ਹਾ ਜਿਹਾ ਦੱਸ ਦੇਣਾ। ਤੋ ਜਿਹੜਾ ਮੈਂ ਸੁਣਿਆ ਕਿ ਮੈਂ ਕੋਲ ਤਾਂ ਨਹੀਂ ਹਾਂ, ਪਰ ਇਹ ਸੁਣਿਆ ਕਿ ਅਸੀਂ ਕੰਮ ਤੋਂ ਮੈਂ ਆ ਰਿਹਾ ਸੀ ਅਤੇ ਰਸਤੇ ਵਿੱਚ ਹੋਰ ਵੀ ਇੱਕ ਦੋ ਤਿੰਨ ਮੁੰਡੇ ਹੈਗੇ ਜਿਹੜੇ ਕੰਮ ਤੋਂ ਆਏ ਨੇ, ਅਤੇ ਬਾਥਰੂਮ ਕਰਨ ਲੱਗਿਆ ਇੱਕ ਸਾਈਡ 'ਤੇ ਖਲੋ ਕੇ, ਇਹਨੂੰ ਕਿਸੇ ਦੱਸਿਆ, ਫੋਨ ਕੀਤਾ ਚ ਕਿਸ ਤਰ੍ਹਾਂ ਦੀ ਡਿਊਟੀ ਤੋਂ ਗਿਆ ਹੈ, ਇਹਨੂੰ ਕਿਸੇ ਦੱਸ ਦਿੱਤਾ ਵੀ ਤੇਰਾ ਅੱਜ ਦੁਸ਼ਮਣ ਇੱਥੇ ਇਸ ਜਗ੍ਹਾ 'ਤੇ ਖੜਾ ਹੈ। ਇਹਨੇ ਗੱਡੀ ਮਾਰੀ ਬੇਰਹਿਮੀ ਨਾਲ, ਬੜੀ ਜ਼ੋਰ ਨਾਲ, ਅੱਗੋਂ ਖੜਾ ਸੀ ਮੋਟਰਸਾਈਕਲ, ਇਹਨੂੰ ਗੱਡੀ ਮਾਰੀ ਤਾਂ ਕੋਈ ਮੋਟਰਸਾਈਕਲ ਦੀ ਦਾਬ ਨਾਲ ਇਹਦੀਆਂ ਪਸਲੀਆਂ ਟੁੱਟ ਗਈਆਂ ਨੇ ਚਾਰ, ਜਾਣ ਬੁੱਝ ਕੇ ਪੱਕਾ ਪਤਾ ਸਿਆਣ ਕੇ ਉਹਨਾਂ ਨਾਲੇ ਉਹ ਦੂਜਾ ਮੁੰਡੇ ਨੂੰ ਕਹਿੰਦਾ ਇਹਨੂੰ ਮੈਂ ਮਾਰਨਾ ਸੀ ਜਾਨੋ, ਪਤਾ ਨਹੀਂ ਕਿਵੇਂ ਬਚ ਗਿਆ, ਪਰ ਇਹਨੂੰ ਮੈਂ ਆਹਦੇ ਵੱਲੋਂ ਮਾਰੇ ਜਾਂਦਾ। ਅਤੇ ਤੁਹਾਡਾ ਦੋ ਬੰਦਿਆਂ ਦਾ ਹੋਰ ਦਾ ਨੰਬਰ ਹੈਗਾ, ਇੱਕ ਸੋਨਾ ਸਿੰਘ ਦਾ ਨਾਂ ਲਿਆ ਸੀ ਅਤੇ ਇੱਕ ਹੋਰ ਉਹਨੂੰ ਚਿੜੀ ਮੁੰਡੇ ਨੂੰ, ਕਹਿੰਦੇ ਕਹਿੰਦਾ ਹੁਣ ਤੁਹਾਡਾ ਨੰਬਰ ਹੈ। ਅਤੇ ਰੋਜ਼ ਉਹਨਾਂ ਦੇ ਘਰੇ ਹਾਲੇ ਵੀ ਜਾਂਦੇ ਨੇ 4-5 ਜਣੇ, ਸੋਟੀਆਂ ਵੱਟੇ ਮਾਰਨਾ, ਗੇਟ ਨੂੰ ਵੀ ਬਾਹਰ ਨਿਕਲੋ, ਅਤੇ ਉਹ ਵਿਚਾਰੇ ਡਰਦੇ ਮਾਰੇ ਕਿਤੇ ਨੁੱਕ 'ਤੇ ਸੌਂਦੇ ਨੇ, ਕਿਤੇ ਕਿਵੇਂ ਘਰੇ ਨਹੀਂ ਸੌਂਦੇ ਉਹ। ਰੰਜਿਤ ਸਿੰਘ ਦੀ ਬਾਬਾ 1.5 ਸਾਲ ਹੋ ਗਿਆ ਪਹਿਲਾਂ, ਅਤੇ ਹਾਂਜੀ ਇਹ ਜਿਹੜੀ ਗੱਡੀ ਹੈ ਨਾ, ਹੁਣ ਤਾਂ ਇਹਦੀ ਟੁੱਟੀ, ਕਿਉਂਕਿ ਇਹਨੇ ਆਪ ਮਾਰੀ ਜ਼ੋਰ ਤੀ ਇਵੇਂ ਮੁੰਡੇ ਨੂੰ, ਉਹਦੀ ਆਪ ਹੀ ਗਲਤੀ ਨਾਲ ਟੁੱਟੀ। ਜਦੋਂ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅੱਗੋਂ ਮੋਟਰਸਾਈਕਲ ਵੱਜੀ ਤਾਂ ਟੁੱਟਣੀ ਸੀ ਗੱਡੀ, ਅਤੇ ਹੁਣ ਇਹਨੇ ਬਣਾ ਦਿੱਤਾ ਵੀ ਮੇਰੇ ਗੁੰਡੇ ਖੜੇ ਸੀ ਫਲਾਣੀ ਜਗ੍ਹਾ 'ਤੇ, ਅਤੇ ਮੈਂ ਤਾਂ ਮਸੇ ਬਸਿਆਂ, ਅਤੇ ਗੱਡੀ ਮੇਰੀ ਉਹਨਾਂ ਤੋੜੀ, ਉਲਟਾ ਸਾਡੇ 'ਤੇ ਪਰਚਾ ਕਰਾਉਣ ਫਿਰਦਾ। ਦੇਖੋ ਗੱਡੀ ਇਹਨੇ ਆਪ ਗੋਲ ਕੀਤੀ ਅਤੇ ਸਾਡੇ 'ਤੇ ਉਲਟਾ ਇਹ ਲਿਖਾਈ ਫਿਰਦਾ।
ਅਸੀਂ ਥਾਣੇ ਗਏ, ਜਿੱਥੇ ਵੀ ਗਏ, ਪਰ ਸਾਡੀ ਕੋਈ ਸੁਣਵਾਈ ਨਹੀਂ, ਕੋਈ ਅਫਸਰ ਨਹੀਂ ਸੁਣਦਾ। ਇਨਸਾਫ ਹੀ ਲੈਣ ਗਏ ਵੀ ਸਾਡੇ ਬੇਨਤੀ ਆ, ਹੱਥ ਬੰਨੇ ਨੇ ਬੇਨਤੀ ਕੀਤੀ, ਥਾਣੇ ਵੀ DSP ਕੋਲ ਵੀ ਗਏ ਹਾਂ, ਮੈਂ ਸ਼ੇਰ ਕਬਾਏ ਵਾਲ ਕੋਲ ਗਿਆ, ਕਿਤੇ ਨਹੀਂ ਗੱਲ ਸੁਣੀ ਜੀ। ਪਤਾ ਨਹੀਂ ਉਹਨੇ ਪੈਸੇ ਦਿੱਤੇ ਮੈਨੂੰ ਥਾਣੇ ਵਾਲਿਆਂ ਨੂੰ ਕਿ ਉਹਦੀ ਇੰਨਾ ਪਿਆਰ ਉਹਨਾਂ ਨਾਲ ਬਣਿਆ ਹੋਇਆ, ਉਹਦੀ ਮਦਦ ਕਰਦੇ ਨੇ, ਕਹਿੰਦੇ ਨੇ ਤਾਂ ਬੰਦਾ ਹੀ ਚੰਗਾ। ਅਤੇ ਅਸੀਂ ਕਿਹਾ ਫਿਰ ਅਸੀਂ ਮਾੜੇ ਹਾਂ, ਸਾਨੂੰ ਗੋਲੀ ਮਾਰਦੇ, ਫਿਰ ਅਸੀਂ ਤੁਹਾਨੂੰ ਮਾੜੇ ਦਿਸਣੇ ਹਾਂ, ਉਹ ਤਾਂ ਸਾਨੂੰ ਗੋਲ ਕੀਤੀ ਖੜਾ। 4-5 ਵਾਰ ਮੇਰੇ ਮੁੰਡੇ ਦੇ ਗੱਲ ਪੈ ਚੁੱਕਾ 1 ਸਾਲ ਵਿੱਚ। ਅਤੇ ਇਹ ਪਹਿਲੀ ਜਦੋਂ ਲੜਾਈ ਸ਼ੁਰੂ ਹੋਈ, ਇਹ ਉਸੇ ਤਰ੍ਹਾਂ ਕੰਮ ਤੋਂ ਆ ਰਿਹਾ ਸੀ, ਸਾਡੇ ਪਿੰਡ ਦੇ ਨਾਲ ਹੈਗੀ ਨਹਿਰ, ਉੱਥੇ ਬਾਥਰੂਮ ਕਰ ਰਿਹਾ ਸੀ, ਅਤੇ ਉੱਥੇ ਆ ਕੇ ਬੈਲਟ ਲਾ ਲਈ ਉਹਨੇ ਥਾਣੇਦਾਰ ਨੇ, ਕਹਿੰਦਾ ਤੁਹਾਨੂੰ ਕੀ ਚਾਹੀਦਾ, ਬੜੇ ਜ਼ੋਰ ਨਾਲ ਬੋਲਿਆ। ਅਤੇ ਇਹਨੇ ਕੁੱਟ ਲਾਈ ਸੀ ਇਹਨਾਂ ਕਿ ਵੀ ਤੈਨੂੰ ਕੀ ਚਾਹੀਦਾ, ਵੀ ਅਸੀਂ ਆਪਦੇ ਖੜੇ ਹਾਂ, ਵੀ ਆਪਦੇ ਕੰਮ ਕਾਰ ਵਿੱਚ ਜਾਂ ਕੁਛ ਵੀ, ਤੈਨੂੰ ਕਿਸੇ ਬੁਲਾਇਆ ਨਹੀਂ। ਅਤੇ ਇੱਥੋਂ ਉਹ ਬੈਲਟ ਲਾ ਕੇ ਮਾਰਨ ਲੱਗਾ, ਅਤੇ ਉਦੋਂ ਮੇਰੇ ਮੁੰਡੇ ਨੇ ਬੈਲਟ ਫੜ ਲਈ, ਵੀ ਨੇ ਵੀ ਇਵੇਂ ਬੈਲਟ ਨਹੀਂ ਮਾਰੀਦਾ, ਵੀ ਸਾਡਾ ਗੁਨਾਹ ਹੋਵੇ ਤਾਂ ਫਿਰ ਤੋਂ ਆ, ਤੂੰ ਥਾਣੇਦਾਰੀ ਥਾਣੇ 'ਚ ਕਰ, ਘਰੇ ਯਾਦ ਕਰਨਾ, ਸਗੋਂ ਸਾਨੂੰ ਹੈਲਪ ਕਰ, ਵੀ ਮੈਂ ਹੈਗਾ ਥਾਣੇਦਾਰ, ਪ੍ਰਵਾਨ ਸਮਝ। ਮੇਨ ਇਹ ਵੀ ਸਾਡੀ ਕੋਈ ਗਰੀਬਾਂ ਦੀ ਸੁਣਵਾਈ ਨਹੀਂ, ਇਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਜੋ ਬਣਦੀ ਹੈ। ਬੜਿਆਂ 'ਤੇ ਤੂੰ ਦੁਖੀ ਹੈ, ਅੱਗੇ ਰਿਪੋਰਟ ਲਿਖਾਈ ਵੀ ਸਾਨੂੰ ਤਾਂ ਖਤਰਾ, ਪਤਾ ਨਹੀਂ ਕਿਹੜੇ ਦਿਨ ਸਾਡੇ ਮੁੰਡੇ ਨੇ ਮਾਰ ਦੇਵੇ, ਇਕੱਲਾ ਇਕੱਲਾ ਸਾਡਾ ਮੁੰਡਾ। ਪਰ ਹਾਲੇ ਤੱਕ ਨਾ ਤਾਂ ਪਿਛਲੇ ਸਾਲ ਦੀ ਕੋਈ ਰਿਪੋਰਟ ਥਾਣੇ ਵਿੱਚ ਅਪੜੀ, ਜੇ ਪਈ ਹੈ ਤਾਂ ਉੱਥੇ ਉਹਨੇ ਨੱਪ ਲਈ, ਅਤੇ ਹੁਣ ਨਵੀਂ ਰਿਪੋਰਟ ਲਿਖਾਈ ਤਾਂ ਉਹ ਵੀ ਹਾਲੇ ਤੱਕ ਬਿਆਨ ਲੈਣ ਨਹੀਂ ਆਏ ਮੁੰਡੇ ਦੇ, ਵੀ ਕਿਤੇ ਇਲਾਜ ਕਰਾਈਏ ਪ੍ਰਾਈਵੇਟ ਡਾਕਟਰ ਕੋਲੋਂ, ਅਤੇ ਇੱਥੇ ਤਾਂ ਮਰ ਜਾਏ ਤਾਂ ਪਿਆ ਪਿਆ ਕਹੋ, ਕਿਤੇ ਇਲਾਜ ਹੀ ਨਹੀਂ ਗਾ। ਮੇਰਾ ਭਜਨੋ ਬਾਈ, ਮੇਰਾ ਨਾਂ ਹੈ, ਮੈਂ ਗੁਰਪ੍ਰੀਤ ਦੀ ਮੰਮੀ ਹਾਂ, ਅਸੀਂ ਚੱਕ ਮਾਦੀ ਕਿਤੇ ਰਹਿਣ ਵਾਲੇ ਹਾਂ। ਤੇ ਪਹਿਲਾਂ ਗੱਲਬਾਤ ਸ਼ੁਰੂ ਤੋਂ ਲੈ ਤੁਹਾਨੂੰ ਦੱਸਣੇ ਆ ਵੀ ਕਿਹੜੀ ਗੱਲਬਾਤ ਹੋਈ ਸਾਡੇ ਨਾਲ। ਮੁੰਡਾ ਡਰਾਈਵਰ ਲੱਗਾ ਹੋਇਆ ਸੀ, ਸੋਨੂੰ ਸਿੰਘ ਦੇ ਡਰਾਈਵਰ ਹੈਗਾ ਸੀ, ਜਦੋਂ ਅੱਗੇ ਗੱਡੀ ਛੱਡਣ ਜਾਣੇ ਸੀ ਗੇੜਾ ਲਾ ਤੇ ਆਉਂਦੇ ਪਏ ਸੀ, ਉਸ ਟਾਈਮ ਗੱਡੀ ਉਹਨੇ ਅੱਗੋਂ ਮੁੰਡੇ ਬੁਲਾ ਲਿਆ ਆਪਦੇ ਭਤੀਜੇ ਥਾਣੇਦਾਰ ਨੇ ਬੁਲਾ ਤੇ ਸੜਕ ਦੇ ਉੱਤੇ ਨੇ ਗੱਡੀ ਲਾ ਤੀ ਆਪਦੀ। ਇਹਨੂੰ ਗਾਲਾਂ ਕੱਢਦਾ ਸੀ ਵੀ ਤੂੰ ਸੇਮੇ ਵਾਲੇ ਪੁੱਤਰਾ ਤੂੰ ਬਾਹਰ ਆ, ਤੇਰੇ ਤਾਂ ਅਸੀਂ ਅੱਜ ਵੱਟ ਕੱਢ ਹੀ ਲੈਂਦੇ। ਕਿਹੜਾ ਮਾਲਕ ਹੈਗਾ ਸੀ ਗੱਡੀ ਦਾ, ਉਹਨੇ ਉਹਨੂੰ ਰੋਕ ਲਿਆ ਵੀ ਗੁਰੂ ਆਪਾਂ ਬਾਹਰ ਨਹੀਂ ਨਿਕਲਣਾ। ਤੇ ਉਹਨੇ ਫਿਰ ਕੀ ਕੰਮ ਕੀਤਾ, ਉਹਨਾਂ 5-6 ਮੁੰਡਿਆਂ ਨੇ ਗੱਡੀ ਉਹਨਾਂ ਦੀ ਪਾਸੋਂ ਮਗਰੋਂ ਸਾਰੀ ਤੋੜ ਦਿੱਤੀ। ਉਹ ਮੁੰਡਾ ਕਿਹੜਾ ਹੈਗਾ ਸੀ ਮਾਲਕ, ਉਹਨੇ ਕੀ ਕੰਮ ਕੀਤਾ ਵੀ ਗੱਡੀ ਉਹਨੇ ਵਾਪਸ ਪਿਛਾ ਨੂੰ ਮੋੜ ਲਈ, ਪੁੱਠੀ ਬੈਕ ਲੈ ਗਿਆ, ਕਿਲੇ ਬੈਕ ਲੈ ਗਿਆ, ਇਹਨੂੰ ਉਹਨੇ ਤਾਰ ਦਿੱਤਾ ਕਰੇ। ਉਸ ਤੋਂ ਪਿੱਛੇ ਕੀ ਉਹ ਮੁੰਡਾ ਕਹਿੰਦਾ ਆਪਾਂ ਲੜਾਈ ਨਹੀਂ ਲੈਣੀ ਇਹਨਾਂ ਨਾਲ, ਵੀ ਗੁਰੂ ਤੂੰ ਠੰਡਾ ਰਹੇ, ਇਹ ਗੁਰਪ੍ਰੀਤ ਘਰੇ ਲਿਆ ਆ ਗਿਆ। ਅਸੀਂ ਇਹਨੂੰ ਉਸ ਤੋਂ ਪਿੱਛੇ ਉਦੋਂ ਨੌਕਰੀ ਟਾ ਲਿਆ, ਇਹਨੂੰ ਅਸੀਂ ਮੋਗੇ ਵਾਲੀ ਫੈਕਟਰੀ 'ਤੇ ਲਾ ਦਿੱਤਾ। ਆਹ ਚੌਥਾ ਚਾਂਸ ਹੈਗਾ ਹੈ, ਉਹਨੇ ਨਾ ਫਿਰ ਸਾਡੇ ਨਾਲ ਗੁੰਡਾਗਰਦੀ ਕਰਨ ਹੋ ਗਿਆ। ਦਰਸ਼ਨ ਸਿੰਘ SI, ਉਸ ਬੰਦੇ ਤੋਂ ਅਸੀਂ ਬੜੇ ਦੁਖੀ ਹੈ। ਆਹ ਮੇਰੇ ਕੋਲ ਦਰਖਾਸਤ ਵੀ ਹੈਗੀ ਪਿਛਲੇ ਸਾਲ ਦੀ 2023 ਦੀ, ਇਹ ਦਰਖਾਸਤ ਜਦੋਂ ਲਾਈ ਸੀ ਉਦੋਂ ਉਹਨੇ ਮੇਰੇ ਸਿਰ 'ਚ ਵੀ ਡੰਡਾ ਮਾਰਿਆ ਸੀ, ਹਾਂ ਗੁੰਡਾਗਰਦੀ ਕੀਤੀ। 6 ਮੁੰਡੇ ਉਹਦੇ ਨਾਲ ਹੈਗੇ ਸੀ, ਤੇ 7ਵਾਂ ਆਪ ਹੈਗਾ ਸੀ ਦਰਸ਼ਨ ਸਿੰਘ SI, ਉਹਨੂੰ ਮੈਂ ਆਵਾਜ਼ ਵੀ ਮਾਰੀ ਹੈ ਵੀ ਦਰਸ਼ੀ ਤੂੰ ਪਿੱਛੇ ਮੁੜ ਜਾ, ਵੀ ਉਹ ਬੱਚੇ ਨੂੰ ਤੂੰ ਸਿਆਣਾ ਵਿਆਣਾ ਏ। ਫਿਰ ਮੇਰੇ ਨਾਲ ਉਹਨੇ ਫਟਾਫਟ ਆ ਤੇ ਮੇਰੇ ਨਾਲ ਸਿਰ 'ਚ ਆ ਡੰਡਾ ਮਾਰਿਆ, ਉਸ ਤੋਂ ਪਿੱਛੇ ਆ ਮੈਂ ਦਰਖਾਸਤ ਲਾਈ ਹੈ, ਕਾਰਵਾਈ ਨਹੀਂ ਹੋਈ। ਮੈਨੂੰ ਇਹ ਪ੍ਰਸ਼ਾਸਨ ਦੀ ਮੰਗ ਹੈ ਸਾਡੀ ਵੀ ਇਹਦਾ ਕਾਰਵਾਈ ਕਰਨੀ ਚਾਹੀਦੀ ਇਹਦੇ ਤੇ। ਅਸੀਂ ਇਨਸਾਫ ਲੈਣੇ ਜਾਣੇ, ਅੱਜ ਵੀ ਅਸੀਂ ਗਏ ਹਾਂ, ਹਾਂ ਸਾਨੂੰ ਉਹਨਾਂ ਅੱਜ ਸਾਡੇ ਨਾਲ ਕਿਸੇ ਨੇ ਗੱਲ ਸੁਣੀ, ਅਸੀਂ 2-3 ਮੁਲਾਜ਼ਮਾਂ ਕੋਲ ਗਏ ਹਾਂ, ਹਾਂ ਉਹਨਾਂ ਇਹ ਟਰੋੜੇ ਵੀ ਚਲਾਏ ਨੂੰ ਸਾਡੇ, ਪਹਿਲਾਂ ਵੀ ਹੈਗੀ ਸੀ ਤੇ ਆ, ਹਾਂ ਵੀਡੀਓ ਹੈਗੀ ਸਾਡੇ ਕੋਲ, ਹਾਂਜੀ ਦਰਸ਼ਨ ਸਿੰਘ ਦੀ ਹੈਗੀ ਵੀਡੀਓ ਸਾਡੇ ਕੋਲ ਬਣੀ। ਸਾਨੂੰ ਚੁੱਕ ਤੇ ਜੇਲ੍ਹ ਚ ਕਰ ਦੇਣ, ਅਸੀਂ ਸਾਨੂੰ ਜੇਲ੍ਹ ਦੀ ਰੋਟੀ ਚੰਗੀ ਹੈ 6 ਜੀਆਂ ਨੂੰ,
ਕਿਉਂ ਕਹਿੰਦੇ ਬੱਚੇ ਛੋਟੇ ਨੇ, 2 ਸਾਲ ਦੀ ਕੁੜੀ ਹੈ, 5 ਸਾਲਾਂ ਦਾ ਮੁੰਡਾ ਹੈ, ਮੈਂ ਇਹਨਾਂ 4 ਜੀਆਂ 6 ਨੂੰ ਮੈਂ ਰੋਟੀ ਕਿੱਥੋਂ ਖਵਾਵਾਂ ਦੀ ਕਮਾ, ਅਤੇ ਮੈਂ ਇਕੱਲੀ ਕਰਨ ਵਾਲੀ ਹਾਂ ਹੁਣ, ਇਹ ਵੀ ਮੰਜੇ 'ਤੇ ਪੈ ਗਿਆ, ਨਾ ਦਾ ਡੈਡੀ ਵੀ ਢਿੱਲਾ ਰਹਿੰਦਾ ਹੈ। ਅੱਛਾ ਮੈਂ ਕਹਿੰਦਾ ਗੋਹਾ ਕੂੜਾ ਕਰ ਤਾਂ ਇਹਨਾਂ ਨੂੰ ਰੋਟੀ ਖਵਾਵਾਂਗੀ, ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਵੱਡੇ ਲੋਕਾਂ ਨੂੰ, ਥਾਣੇਦਾਰਾਂ ਨੂੰ, ਵੀ ਇਹਨਾਂ ਦੀ ਰਕਸ਼ਾ ਨਾ ਕਰਨ ਤਾਂ ਇਹਨਾਂ ਨੂੰ ਮਾਰਨ ਵੀ ਨਾ, ਵੀ ਅਸੀਂ ਬਹੁਤ ਦੁਖੀ ਹਾਂ ਬੰਦੇ ਤੋਂ, ਸਾਨੂੰ ਹਾਂ ਕਿੰਨੇ ਗੱਡੀ ਚੜਾਈ ਜਾਣ ਦੇ ਐਸ ਆਈ ਨੇ। ਅਸੀਂ ਪਹਿਲਾਂ ਵੀ ਉਹਨੂੰ ਆਉਂਦੇ ਸੀ ਵੀ ਤੂੰ ਸਾਡੇ ਮਗਰੂ ਲੈ ਜਾ, ਅਸੀਂ ਤੇਰੇ ਲੈ ਜਾਂਦੇ, ਅਸੀਂ ਮੁੰਡੇ ਨੂੰ ਛਡਾ ਤੇ ਅਸੀਂ ਹੋਰ ਪਾਸੇ ਲਾ ਦਿੱਤਾ, ਅਸੀਂ ਪਿੰਡ ਦਾ ਹੀ ਰਹਿਣ ਵਾਲਾ, ਅਸੀਂ ਉਹਨੂੰ ਬੁਲਾਇਆ ਨਹੀਂ ਕਦੇ। ਫਿਰ ਕੀ ਮੈਂ ਜਦੋਂ ਦਰਖਾਸਤ ਲਾਈ ਉਦੋਂ ਉਹਨੇ ਮੇਰੀ ਵੀ ਕੁੱਟ ਮਾਰ ਕੀਤੀ ਹੈ, ਫਿਰ ਵੀ ਮੈਂ ਆਖਾਂ ਮੁੰਡੇ ਨੂੰ ਸਮਝਾਇਆ ਵੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਕਿਤੇ ਜਾਣ ਦੀ, ਤੇ ਐਡੇ ਬੰਦੇ ਨਾਲ ਮੱਥਾ ਲਾ ਤੇ ਆਪਾਂ ਕੀ ਕਰਨਾ। ਇਹੋ ਜਿਹੇ ਅਫਸਰਾਂ ਨੂੰ ਮੈਨੂੰ ਤਾਂ ਇਹੀ ਲੱਗਦਾ ਵੀ ਫਾਂਸੀ ਚਾਹੀਦੀ ਹੈ, ਅਸੀਂ ਐਡੇ ਦੁਖੀ ਹੋਏ ਪਏ ਇਸ ਘਰ ਤੋਂ। ਉਹਨੇ ਅੱਗੇ ਉਹਦੀ ਕਿਹੜੀ ਘਰ ਵਾਲੀ ਹੈਗੀ ਹੈ, ਉਹ ਸਪਰੇ ਪੀ ਤੇ ਮਾਰ ਗਈ, ਉਹਨੂੰ ਵੀ ਬੜਾ ਤੰਗ ਕਰਦਾ ਸੀ, ਆਪਦੇ ਮੁੰਡੇ ਦੀ ਵੀ ਕੁੱਟ ਮਾਰ ਕਰਦਾ ਹੈ, ਸਾਡਾ ਉਹਦੇ ਤੋਂ ਦਿਲ ਡਰਦਾ ਹੈ। ਵੀ ਇਹੋ ਜਿਹਾ ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਇਹਨੂੰ ਫਾਂਸੀ ਚਾਹੀਦੀ ਬੰਦੇ ਨੂੰ, ਇੱਕ ਚੌਂਕ ਦੇ ਵਿੱਚ ਖੜਾ ਖੜ ਤੇ ਜਿੰਦੇ ਨੂੰ ਅੱਗ ਲਾਈ ਜਾਵੇ ਇਹੋ ਜਿਹੇ ਬੰਦੇ ਨੂੰ, ਕਿੰਨਾ ਉਹਨਾਂ ਸਾਨੂੰ ਦੁੱਖ ਕੀਤੀ ਖੜਾ। ਸਾਡਾ ਬੱਚਾ ਇਕੱਲਾ ਕੰਮ ਕਰਨ ਵਾਲਾ, ਅਸੀਂ ਕਿੱਥੇ ਜਾਵਾਂਗੇ ਦੱਸੋ ਮੈਨੂੰ ਪਹਿਲੇ। ਇਹ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨੀ ਹੈ, ਮੈਂ ਭਗਵੰਤ ਮਾਨ ਨੂੰ ਬੇਨਤੀ ਕਰਨੀ ਆ ਵੀ ਇਹੋ ਜਿਹੇ ਬੰਦੇ ਨੂੰ ਜਾਂ ਤਾਂ ਅੱਖੀ ਵੇਖੇ ਹੀ ਗੋਲੀ ਮਾਰ ਦਿਓ, ਮਾਰ ਦਿਓ ਉਹਨੂੰ, ਉਹਨੂੰ ਮੁਲਾਜ਼ਮ ਸੱਦਣ ਦੀ, ਤੇ ਉਹਨੂੰ ਸ਼ਰਮ ਆਉਂਦੀ ਆਪਦੇ ਦਿਲ ਨੂੰ ਵੀ ਉਹਨੂੰ ਮੁਲਾਜ਼ਮ ਸੱਦਣ ਲੱਗਿਆ, ਉਹ ਬਿਲਕੁਲ ਬੇਕਾਰ ਬੰਦਾ ਹੈ। ਲੋੜ ਹੀ ਨਹੀਂ ਖਾਕੀ ਵਰਦੀ, ਇਹੋ ਜਿਹੇ ਬੰਦੇ ਨੂੰ ਮਿਲਣੀ ਵੀ ਨਹੀਂ ਚਾਹੀਦੀ। ਇਸ ਟਾਈਮ ਮੇਰੀ ਇਹ ਮੰਗ ਹੈ ਵੀ ਉਹਦੀ ਵਰਦੀ ਵੀ ਖੋਈ ਜਾਵੇ, ਉਹਨੂੰ ਫਾਂਸੀ ਦਾ ਹੁਕਮ ਹੋ ਜਾਵੇ। ਸੁਣਾਈ ਨਹੀਂ ਹੋਈ, ਮੈਂ ਫੌਜੇ ਸਰਾਰੀ ਤੇ ਘਰ ਵਾਲੀ ਵੀ ਕੋਲ ਗਈ ਹਾਂ, ਉਹਨੇ ਉਸ ਟਾਈਮ ਫੋਨ ਕੀਤਾ ਥਾਣੇ, ਮੈਨੂੰ ਆਂਦਾ ਭੈਣ ਜੀ ਉਹਨੂੰ ਕਹਿੰਦਾ ਵੀ ਉਹਨੂੰ ਭੇਜ ਦੇ ਥਾਣੇ। ਜਦੋਂ ਮੈਂ ਥਾਣੇ ਆਈ ਹਾਂ ਤਾਂ ਆਂਦਾ ਮੈਂ ਪਰਚਾ ਮਾਰਕ ਕਰ ਲਿਆ ਹੈ ਹੋਰ ਥਾਣੇ ਕੋਲ, ਤਾਂ ਮੈਂ ਸਵੇਰੇ ਆਵਾਂ ਦਾ ਬਿਆਨ ਲੈਣ ਵਾਸਤੇ, ਉਹ ਬਿਆਨ ਲੈਣ ਨਹੀਂ ਆਇਆ। ਫਿਰ ਮੈਂ ਸਵੇਰੇ ਫੋਨ ਕੀਤਾ ਉਹਦੇ ਮਣੇ ਸਾਹਿਬ, ਅਸੀਂ ਤੇਰੇ ਕੋਲ ਆਈਏ ਕਿ ਤੂੰ ਬਿਆਨ ਲੈਣ ਜਾਵੇਂਗਾ, ਕਹਿੰਦਾ ਤੁਸੀਂ ਮੇਰੇ ਕੋਲ ਆਓ। ਆਹਨਾਂ ਦੇ ਪਾਪੇ ਨੂੰ ਮੈਂ ਚੱਕਾ, ਮੈਂ ਚੱਲ ਤੂੰ ਮੇਰੇ ਨਾਲ ਆਪਾਂ ਥਾਣੇ ਚੱਲੀਏ। ਜਦੋਂ ਅਸੀਂ ਮੰਦੋਟ ਗਏ ਉਹਨੇ ਸਾਡੀ ਗੱਲ ਨਹੀਂ ਸੁਣੀ, ਫਿਰ ਮੈਂ ਸੁਖਵਿੰਦਰ ਸਿੰਘ ਸਰਪੰਚ ਹੈਗਾ ਹੈ ਫਿਰੋਜ਼ਪੁਰ ਦਾ, ਮੈਂ ਉਹਦੀ ਵੀ ਗੱਲ ਕਰਾਈ ਹੈ, ਉਹਨੂੰ ਵੀ ਉਹਨੇ ਜਵਾਬ ਦਿੱਤਾ ਥਾਣੇਦਾਰ ਦੀ ਕਿਸੇ ਦੀ ਹੋਰ ਡਿਊਟੀ ਲਾ ਦਿਓ ਵੀ ਅਸੀਂ ਨਹੀਂ ਜਾਣਾ। ਹਾਂ ਉਹਨਾਂ ਕਹਿਤਾ ਵੀ ਅਸੀਂ ਨਹੀਂ ਜਾਣਾ, ਕਿਸੇ ਹੋਰ ਦੀ ਡਿਊਟੀ ਲਵਾ ਦਿਓ ਸਾਡੇ ਨੂੰ। ਇਸ ਥਾਣੇਦਾਰ ਤੋਂ ਅਸੀਂ ਬੜੇ ਤੰਗ ਆਏ ਪਏ ਬੜੇ, ਤੁਹਾਨੂੰ ਅਸੀਂ ਵੀਡੀਓ ਵੀ ਇਹਦੀ ਵਿਖਾਵਾਂਗੇ, ਅਸੀਂ ਇਹ ਸਾਨੂੰ ਤਾਂ ਇੱਕੋ ਇਹਦੀ ਮੰਗ ਹੈਗੀ ਹੈ ਵੀ ਇਹਨੂੰ ਚੱਕ ਤੇ ਕਿਤੇ ਹੋਰ ਹੀ ਪਾਸੇ ਸੱਟ ਦੇਣ ਡੱਠੇ ਖੂਹ ਵਿੱਚ।